ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਟਾਈਮ ਟੀ ਵੀ ਲਾਈਵ ਵਿੱਚ ਤੁਹਾਡਾ ਸਵਾਗਤ ਹੈ ਔਰ ਇਸ ਵਕਤ ਤੁਸੀਂ ਦੇਖ ਰਹੇ ਹੋ ਤਸਵੀਰਾਂ ਪਟਿਆਲਾ ਵਿਖੇ ਜਿੱਥੇ 7 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵੱਡੀ ਰੈਲੀ ਜਾਂ ਕਹਾਂਗੇ ਮਹਾਂ ਰੈਲੀ ਜਿਹੜੀ ਕੀਤੀ ਜਾ ਰਹੀ ਹੈ ਔਰ ਚੜ੍ਹਦੀ ਕਲਾ ਟਾਈਮ ਟੀ ਵੀ 'ਤੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ। ਖੁਦ ਬਿਕਰਮ ਸਿੰਘ ਮਜੀਠੀਆ ਜੋ ਹੈ ਮੌਕੇ ਦਾ ਜਾਇਜ਼ਾ ਲੈਣ ਆਏ ਔਰ ਕੱਲ੍ਹ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਜੋ ਹੈ ਜਾਇਜ਼ਾ ਲਿਆ ਗਿਆ ਸੀ ਔਰ ਯੂਥ ਲੀਡਰਾਂ ਦੀ ਜੇ ਗੱਲ ਕਰੀਏ SOI ਆਗੂਆਂ ਦੀ ਗੱਲ ਕਰੀਏ ਅਕਾਲੀ ਦਲ ਦੀ ਗੱਲ ਕਰੀਏ ਤਾਂ ਭਾਰੀ ਇਕੱਠ ਨੌਜਵਾਨਾਂ ਵੱਲੋਂ ਔਰ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਤੁਸੀਂ ਦੇਖ ਸਕਦੇ। ਲੁਧਿਆਣੇ ਤੋਂ ਕਾਫੀ ਜੋ ਲੀਡਰ ਇੱਥੇ ਮੌਕੇ 'ਤੇ ਮੌਜੂਦ ਨੇ ਔਰ ਯੂਥ ਦੀ ਗੱਲ ਕਰੀਏ ਤਾਂ ਬੜਾ ਪੋਜ਼ਿਟਿਵ ਜਦੋਂ ਕਿੱਥੇ ਬਿਕਰਮ ਸਿੰਘ ਮਜੀਠੀਆ ਆਉਂਦੇ ਨੇ ਔਰ ਯੂਥ ਵਿੱਚ ਇੱਕ ਵੱਖਰਾ ਉਤਸ਼ਾਹ ਹੁੰਦਾ ਔਰ ਤਸਵੀਰਾਂ ਦੇਖ ਸਕਦੇ ਹੋ। ਹਾਲਾਂਕਿ ਰੈਲੀ 7 ਤਰੀਕ ਨੂੰ ਹੋਣੀ ਔਰ ਅੱਜ ਇਕੱਠ ਇਸ ਕਦਰ ਹੈ ਕਿ ਕੁਛ ਨੌ ਇੱਕ ਜਿਹੜੀ ਝਲਕ ਰੈਲੀ ਦੀ ਉਹ ਤੁਸੀਂ ਅੱਜ ਹੀ ਅੰਦਾਜ਼ਾ ਲਗਾ ਸਕਦੇ ਹੋ ਵੀ ਕਿਸ ਕਦਰ ਇਕੱਠ ਹੋਣ ਵਾਲਾ ਹੈ ਉਸ ਦਿਨ ਰੈਲੀ 'ਤੇ ਔਰ ਖੁਦ ਬਿਕਰਮ ਸਿੰਘ ਮਜੀਠੀਆ, ਡਾਕਟਰ ਦਲਜੀਤ ਸਿੰਘ ਚੀਮਾ ਲੋਕਲ ਪਟਿਆਲਾ ਤੋਂ, ਪ੍ਰਧਾਨ ਜਨੇਜਾ ਸਾਹਿਬ ਔਰ ਆਕੜੀ ਜੀ ਰੱਖੜਾ ਸਾਹਿਬ ਅਮਲੋਹ ਤੋਂ, ਗੁਰਪ੍ਰੀਤ ਸਿੰਘ ਰਾਜੂ ਖੰਨਾ ਔਰ ਪਰਮਿੰਦਰ ਸਿੰਘ ਬਰਾੜ, ਇਸ ਤੋਂ ਇਲਾਵਾ ਯੂਥ ਲੀਡਰ ਜਿੰਨੇ ਨੇ ਸਭ ਮੌਕੇ 'ਤੇ ਮੌਜੂਦ ਨੇ ਔਰ ਜਿਹੜਾ ਜਾਇਜ਼ਾ ਲਿਆ ਜਾ ਰਿਹਾ 7 ਤਰੀਕ ਨੂੰ ਹੋਣ ਵਾਲੀ ਰੈਲੀ ਦਾ ਜਬਰ ਵਿਰੋਧ ਰੈਲੀ। ਹਾਲਾਂਕਿ ਕਾਂਗਰਸ ਸਰਕਾਰ ਵੱਲੋਂ ਵੀ ਲੰਬੀ ਦੇ ਵਿੱਚ ਇੱਕ ਰੈਲੀ ਰੱਖੀ ਗਈ ਹੈ ਔਰ ਦੇਖਣਾ ਹੋਵੇਗਾ ਕਿ ਕਿੱਦਾਂ ਇਸ ਕਦਰ ਜੋ ਹੈ ਇਕੱਠ, ਜਿੱਦਾਂ ਦਾ ਉਤਸ਼ਾਹ ਅੱਜ ਨੌਜਵਾਨਾਂ ਵਿੱਚ ਨਜ਼ਰ ਆ ਰਿਹਾ ਹੈ ਔਰ ਮੇਰਾ ਖਿਆਲ ਹੈ ਇੱਕ ਰੈਲੀ ਜਿਹੜੀ ਪੋਜ਼ਿਟਿਵ ਇੱਕ ਚੰਗਾ ਜੋ ਹੈ ਹੁੰਗਾਰਾ ਇਸ ਨੂੰ ਮਿਲੇਗਾ ਔਰ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਭਾਰੀ ਇਕੱਠ ਪੰਡਾਲ ਦੀ ਤਸਵੀਰਾਂ ਤੁਹਾਨੂੰ ਮੈਂ ਦਿਖਾ ਦਾਂ। 10 ਤੋਂ 11-12 ਏਕੜ ਦੇ ਵਿੱਚ ਜਿਹੜਾ ਪੰਡਾਲ ਸਜਾਇਆ ਗਿਆ, ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕੁਰਸੀਆਂ ਦਾ ਇੰਤਜ਼ਾਮ ਜੋ ਹੈ ਹੋ ਚੁੱਕਿਆ ਔਰ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਗੁਰਦਾਸਪੁਰ, ਨਿਰਮਲ ਸਿੰਘ ਕਾਹਲੋਂ ਦੇ ਬੇਟੇ ਰਵੀਕਰਨ ਸਿੰਘ ਕਾਹਲੋਂ ਖੁਦ ਇੱਥੇ ਉਹ ਵੀ ਨਾਲ ਚੱਲ ਕੇ ਆਏ ਨੇ ਔਰ ਇੱਕ ਝਲਕ ਹੋਰ ਜੇ ਲੀਡਰਾਂ ਯੂਥ ਲੀਡਰਾਂ ਦੀ ਗੱਲ ਕਰਾਂ, ਰੋਜ਼ੀ ਬਰਕੰਦੀ, ਵਿੱਕੀ ਮਿੱਡੂ ਖੇੜਾ, ਪਰਮਿੰਦਰ ਸਿੰਘ ਬਰਾੜ, ਬੰਟੀ ਪਰਮਸ, ਮੰਟੀ ਰੋਮਾਣਾ ਖੁਦ ਇੱਥੇ ਮੌਜੂਦ ਨੇ ਔਰ ਸਟੇਜ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਖੁਦ ਸਰਦਾਰ ਬਿਕਰਮ ਸਿੰਘ ਮਜੀਠੀਆ ਔਰ ਚਰਨਜੀਤ ਸਿੰਘ ਬਰਾੜ ਵੀ ਇੱਥੇ ਨਾਲ ਮੌਜੂਦ ਨੇ ਔਰ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਜਿਹੜਾ ਜਾਇਜ਼ਾ ਲਾਇਆ ਜਾ ਰਿਹਾ। ਖਾਸ ਤੌਰ 'ਤੇ ਯੂਥ ਆਗੂਆਂ ਦੀ ਗੱਲ ਕਰਾਂ, ਯੂਥ ਅਕਾਲੀ ਦਲ ਦੀ ਗੱਲ ਕਰੀਏ, SOI ਦੀ ਗੱਲ ਕਰੀਏ ਤਾਂ ਵੱਖ ਵੱਖ ਲੀਡਰ ਇੱਥੇ ਮੌਜੂਦ ਨੇ। ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਬੰਟੀ ਰਮਾਣਾ ਜੀ ਇੱਥੇ ਮੌਜੂਦ ਨੇ, ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਚੜ੍ਹਦੀ ਕਲਾ ਟਾਈਮ ਟੀ ਵੀ 'ਤੇ ਲਾਈਵ ਕਿੱਦਾਂ ਬਾਈ ਜੀ ਅੱਜ ਮੀਟਿੰਗ ਕਰ ਰਹੇ ਹੋ, ਕਿੰਨਾ ਕੁ ਪੋਜ਼ਿਟਿਵ ਲੱਗ ਰਿਹਾ, ਕਿੰਨਾ ਕੁ ਹੰਗਾਰਾ ਮਿਲ ਰਿਹਾ? ਤੁਸੀਂ ਆਪ ਦੇਖ ਰਹੇ ਹੋ ਜਿਸ ਤਰ੍ਹਾਂ ਦਾ ਜੋਸ਼ ਵਰਕਰਾਂ ਦੇ ਵਿੱਚ ਹੈ, ਕਿਉਂਕਿ ਇੱਕ ਤਾਂ ਬੜਾ ਅਕਾਲੀ ਦਲ ਦੇ ਇਤਿਹਾਸ 'ਚ ਤੁਸੀਂ ਦੇਖਿਆ, ਜਿੰਨਾ ਅਕਾਲੀ ਦਲ ਦੇ ਵਰਕਰ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ, ਜਿੰਨਾ ਪੰਜਾਬ ਦੇ ਲੋਕਾਂ 'ਤੇ ਅੱਤਿਆਚਾਰ ਕਰੋਗੇ, ਅਕਾਲੀ ਦਲ ਦਾ ਵਰਕਰ ਓਨਾ ਡਟ ਕੇ ਜਵਾਬ ਦਿੰਦਾ। ਤੁਸੀਂ ਵੇਖੋ, ਮੈਨੂੰ ਲੱਗਦਾ ਜਿੰਨਾ ਕਾਂਗਰਸ ਦੀ ਲੰਬੀ ਦੀ ਰੈਲੀ 'ਤੇ ਇਕੱਠ ਹੋਣਾ, ਉਨਾ ਤਾਂ ਅੱਜ ਅਕਾਲੀ ਦਲ ਦਾ ਵਰਕਰ ਇੱਥੇ ਪ੍ਰਬੰਧਾਂ ਵਾਸਤੇ ਫਿਰ ਰਿਹਾ। ਯੂਥ ਵੱਡੀ ਗਿਣਤੀ ਵਿੱਚ ਨਜ਼ਰ ਆ ਰਿਹਾ, ਯੂਥ ਦਾ ਕੀ ਕਹਿਣਾ, ਯੂਥ ਦਾ ਮਜੀਠੀਆ ਸਾਹਿਬ ਖੁਦ ਇੱਥੇ ਆਏ ਨੇ, ਘਰ ਘਰ ਨੌਕਰੀ ਦਾ ਵਾਅਦਾ ਸੀ ਕੈਪਟਨ ਸਾਹਿਬ ਦਾ, ਯੂਥ ਵੀ ਭਰਿਆ ਫਿਰਦਾ ਕਿਆ ਫਿਰਦਾ ਜੇ ਇੱਥੇ ਆਇਆ, ਕੀ ਤੁਹਾਨੂੰ ਕੀ ਸੁਨੇਹਾ ਲਾਉਂਦੇ ਵੀ ਸਾਡੇ ਲਈ, ਤੁਸੀਂ ਅਗਾਂਹ ਕੀ ਪਲਾਨ ਕਰ ਰਹੇ ਇਸ ਤੋਂ? ਦੇਖੋ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਤੇ ਮਜੀਠੀਆ ਸਾਹਿਬ ਨੇ ਜਿਸ ਤਰ੍ਹਾਂ ਦਾ ਦੀਆਂ ਜ਼ਿੰਮੇਵਾਰੀਆਂ ਸਰਕਾਰ ਹੁੰਦੇ ਹੋਏ ਅਤੇ ਪਾਰਟੀ 'ਚ ਯੂਥ ਨੂੰ ਦਿੱਤੀਆਂ ਸੀ, ਯੂਥ ਉਹਨਾਂ ਦੀਆਂ ਪੋਲਿਸੀਜ਼ ਅਤੇ ਵਿਜ਼ਨ ਤੋਂ ਪ੍ਰਭਾਵਿਤ ਹੋ ਕੇ ਹਮੇਸ਼ਾ ਅਕਾਲੀ ਦਲ ਨਾਲ ਰਿਹਾ। ਸੋ ਅੱਜ ਵੀ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਵਿੱਚ ਯੂਥ ਦੇ ਵਰਕਰ ਇੱਥੇ ਪਹੁੰਚੇ ਹੋਏ ਹੈ ਅਤੇ ਬੜੀ ਵੱਡੀ ਗਿਣਤੀ ਵਿੱਚ ਤੁਸੀਂ ਦੇਖੋਗੇ 7 ਤਰੀਕ ਨੂੰ ਜਿਸ ਤਰ੍ਹਾਂ ਦੀ ਇਹ ਰੈਲੀ ਹੋਣ ਜਾ ਰਹੀ ਹੈ, ਅੰਦਾਜ਼ਾ ਰਮਾਣਾ ਜੀ ਕਿੰਨਾ ਕੁ ਗਿਣਤੀ ਇਕੱਠ ਭਾਰੀ ਕਰਨ ਜਾ ਰਹੇ ਹੋ? ਕਿਤੇ ਜਾ ਕੇ ਇਹਨਾਂ ਦੀ ਗਿਣਤੀ ਵੀ ਮੁੱਕ ਜਾਂਦੀ ਹੈ, ਮੈਨੂੰ ਤਾਂ ਨਜ਼ਰ ਮੁੱਕ ਰਹੀ ਹੈ ਜਿੱਥੋਂ ਤੱਕ ਪੰਡਾਲ ਲੱਗਿਆ ਅਤੇ ਗਿਣਤੀ ਤਾਂ ਸੁਭਾਵਕ ਹੈ ਮੁੱਕ ਜਾਣੀ ਹੈ ਜੀ। ਸੋ ਇੱਥੇ ਅਸੀਂ ਬੰਟੀ ਰਮਾਣਾ ਜਿਨ੍ਹਾਂ ਦਾ ਕਹਿਣਾ ਕਿ ਸੁਖਬੀਰ ਸਿੰਘ ਬਾਦਲ ਹੋਣ ਚਾਹੇ ਬਿਕਰਮ ਸਿੰਘ ਮਜੀਠੀਆ ਹੋਣ, ਉਹਨਾਂ ਵੱਲੋਂ ਯੂਥ ਦੇ ਲਈ ਹਮੇਸ਼ਾ ਜੋ ਹੈ ਅਗਾਂਹ ਫਿਊਚਰ ਪਲਾਨ ਕਰਕੇ ਸੋਚ ਸਮਝ ਕੇ ਉਹਨਾਂ ਵਾਸਤੇ ਪਾਲਿਸੀਆਂ ਬਣਾਈ ਜਾਂਦੀਆਂ ਔਰ ਯੂਥ ਦੇ ਲਈ ਹਮੇਸ਼ਾ ਮੂਹਰੇ ਰਹਿੰਦੇ ਨੇ। ਬਲਜੀਤ ਸਿੰਘ ਛਤਵਾਲ ਲੁਧਿਆਣੇ ਤੋਂ ਸਾਡੇ ਨਾਲ ਨੇ, ਉਹਨਾਂ ਤੋਂ ਜਾਣਾਂਗੇ ਲੁਧਿਆਣਿਓਂ ਚੱਲ ਕੇ ਆਏ ਨੇ, ਕੀ ਡਿਊਟੀ ਲੱਗੀ ਹੈ ਜੀ ਸੁਖਬੀਰ ਸਿੰਘ ਬਾਦਲ ਵੱਲੋਂ, ਕੀ ਜ਼ਿੰਮੇਵਾਰੀ ਲਈ ਗਈ ਹੈ? ਬਿਲਕੁਲ ਜੀ, ਇੱਥੇ ਇੱਕ ਤਾਂ ਬਹੁਤ ਮੈਂ ਸਮਝਦਾ ਪੂਰੇ ਪੰਜਾਬ 'ਚੋਂ ਅੱਜ ਯੂਥ ਇੱਥੇ ਆਇਆ ਪਿਆ ਔਰ ਵੱਡੀ ਖੁਸ਼ੀ ਦੀ ਗੱਲ ਹੈ ਕਿ ਜਿੱਦਾਂ ਰਮਾਣਾ ਸਾਹਿਬ ਗੱਲ ਕਰ ਰਹੇ ਸਨ ਕਿ ਲੋਕਾਂ ਦੀਆਂ ਰੈਲੀਆਂ 'ਚ ਇੰਨਾ ਇਕੱਠ ਨਹੀਂ ਹੁੰਦਾ ਕਿ ਅੱਜ ਇੱਕ ਮੀਟਿੰਗ ਛੋਟੀ ਜਿਹੀ ਪ੍ਰਬੰਧਾਂ ਨੂੰ ਜਾਇਜ਼ਾ ਲੈਣ ਲਈ ਮਜੀਠੀਆ ਸਾਹਿਬ ਨੇ ਸੱਦੀ ਆ ਔਰ ਹਜ਼ਾਰਾਂ ਦੀ ਗਿਣਤੀ 'ਚ ਇੱਥੇ ਨੌਜਵਾਨ ਇੱਥੇ ਇਕੱਠਾ ਹੋਇਆ ਪਿਆ। ਤੁਸੀਂ ਕੀ ਡਿਊਟੀ ਮਾਰਨ ਲੁਧਿਆਣੇ ਚੱਲ ਕੇ ਆਏ ਹੋ, ਕੀ ਜ਼ਿੰਮੇਵਾਰੀ? ਜਿੱਥੇ ਡਿਊਟੀ ਦੀ ਗੱਲ ਹੈ ਕਿ ਪਹਿਲਾਂ ਤਾਂ ਲੁਧਿਆਣੇ ਜਿਹੜੇ ਸਾਡੇ ਸ਼ਹਿਰੀ ਹਲਕੇ ਆ ਔਰ ਵੱਡੇ ਪੱਧਰ 'ਤੇ ਉੱਥੋਂ ਨੌਜਵਾਨਾਂ ਨੂੰ ਨਾਮਤ ਕੀਤਾ ਗਿਆ, ਸੈਂਕੜੇ ਦੇ ਹਿਸਾਬ ਨਾਲ ਉੱਥੋਂ ਯੂਥ ਗੱਡੀਆਂ
ਔਰ ਕਾਰਾਂ ਦੇ ਕਾਫਲਿਆਂ 'ਚ ਇੱਥੇ ਵੱਡੀ ਗਦਰ 'ਚ ਪਹੁੰਚੇਗਾ ਔਰ ਉਸ ਤੋਂ ਬਾਅਦ ਇੱਥੇ ਜੌਨ ਵਾਈਜ਼ ਸਾਰੇ ਬਣਾਏ ਗਏ ਜਿਹੜਾ ਕਿ ਸਾਨੂੰ ਲੁਧਿਆਣਾ ਅਰਬਨ ਨੂੰ ਇੱਕ ਜੌਨ ਦਿੱਤਾ ਹੈ ਜਿਹਦੇ 'ਚੋਂ ਸਰਪੰਚ ਬਿਲਕੁਲ ਸਾਰਾ ਪ੍ਰਬੰਧ ਸੁਚੱਜਾ ਕਰਨਾ, ਬੈਠਣ ਦਾ ਇੰਤਜ਼ਾਮ ਅੱਛਾ ਕਰਨਾ, ਇੱਦਾਂ ਹੀ ਅਲੱਗ ਅਲੱਗ ਸ਼ਹਿਰਾਂ ਦੇ ਅਲੱਗ ਅਲੱਗ ਜੌਨ ਨੌਜਵਾਨਾਂ ਨੂੰ ਦੇ ਗਏ ਕਿ ਕਿਉਂਕਿ ਇਹ ਜਿਹੜਾ ਪੰਡਾਲ ਹੈ ਮੈਂ ਸਮਝਦਾ ਕਿ ਨਿਗਾਹ ਮਾਰੋ ਦੂਰ ਤੱਕ ਪੰਡਾਲ ਖਤਮ ਹੁੰਦਾ ਨਹੀਂ ਹੈ ਔਰ ਉਹਦਾ ਪ੍ਰਬੰਧ ਅਤਿ ਜ਼ਰੂਰੀ ਹੈ ਕਿ ਇੱਡੇ ਕਰੀਬ ਕਰੀਬ ਮੈਂ ਸਮਝਦਾ ਕਿ ਗਿਣਤੀ ਵਾਕਈ ਮੁੱਕ ਜਾਣੀ ਹੈ ਜੋ ਗੱਲ ਹੈ 2 ਲੱਖ ਤੋਂ ਉੱਤੇ ਬੰਦਾ ਇੱਥੇ ਇਕੱਠਾ ਹੋਣ ਦੀ ਸੰਭਾਵਨਾ ਹੈ ਲੇਕਿਨ ਉਹਦਾ ਪ੍ਰਬੰਧ ਬਹੁਤ ਜ਼ਰੂਰੀ ਹੈ ਉਹਦਾ ਸਿਸਟਮ ਡਿਸਿਪਲਿਨ ਨੌਜਵਾਨਾਂ ਨੇ ਅੱਜ ਇੱਥੇ ਡਿਊਟੀਆਂ ਮਜੀਠੀਆ ਸਾਹਿਬ ਨੇ ਲਾਈਆਂ ਬਿਲਕੁਲ ਆਮ ਤਾਂ ਜਿਹੜੀ ਆਮ ਆਵਾਜਾਈ ਹੈ ਜਾਂ ਆਮ ਪਬਲਿਕ ਹੈ ਉਹਨਾਂ ਨੂੰ ਨਾ ਜਿਹੜੀ ਪ੍ਰੋਬਲਮ ਆਵੇ ਉਸ ਦੇ ਲਈ ਵੀ ਬਿਲਕੁਲ ਤਿਆਰੀਆਂ ਮੁਕੰਮਲ ਨੇ ਜਦੋਂ ਲੱਖਾਂ ਦੇ ਹਿਸਾਬ ਦਾ ਕੱਟ ਹੋਣਾ ਤੇ ਸੁਭਾਵਿਕ ਉਹਦਾ ਪ੍ਰਬੰਧ ਕਰਨਾ ਵੀ ਅਤਿ ਜ਼ਰੂਰੀ ਹੈ ਕਿ ਉਹਨਾਂ ਲੋਕਾਂ ਦਾ ਬੈਠਣਾ ਉਹਨਾਂ ਨੂੰ ਸਿਸਟਮ ਨਾਲ ਬਿਠਾਉਣਾ ਜਿੱਥੇ ਕੋਈ ਸੀਟਾਂ ਖਾਲੀ ਉੱਥੇ ਸੀਟਾਂ ਦੇਣੀਆਂ ਔਰ ਨਾਲ ਦੀ ਨਾਲ ਖਾਲੀ ਬੈਠਣ ਦਾ ਪ੍ਰਬੰਧ ਨਹੀਂ ਹੈ ਕਿ ਬਿਲਕੁਲ ਲੰਗਰ ਦਾ ਪਾਣੀ ਦਾ ਚਾਹ ਦਾ ਦੁੱਧ ਦਾ ਪਕੌੜਿਆਂ ਦਾ ਬਹੁਤ ਵੱਡੇ ਪੱਧਰ ਤੇ ਇਹ ਪ੍ਰਬੰਧ ਹੈ ਇੱਧਰ ਪੰਗੂ ਸਾਹਿਬ ਯੂਥ ਲੀਡਰ ਵੀ ਖੜੇ ਨੇ ਆਪਣੇ ਗਰੁੱਪ ਦੇ ਨਾਲ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਰੋਜ਼ੀ ਬਰਕੰਦੀ ਵਿਧਾਇਕ ਨੇ ਚੜ੍ਹਦੀ ਕਲਾ ਟਾਈਮ ਟੀਵੀ ਲਾਈਵ ਹੋ ਤੁਸੀਂ ਬਰਕੰਦੀ ਸਾਹਿਬ ਕੀ ਅੱਜ ਦਾ ਜੋ ਮੀਟਿੰਗ ਕੀਤੀ ਸੀ ਮੈਨੂੰ ਲੱਗਦਾ ਇੱਕ ਝਲਕ ਕਾਂਗਰਸ ਤੱਕ ਪਹੁੰਚ ਗਈ ਹੋਣੀ ਵੀ ਇੱਕ ਜਿਹੜੀ ਰੈਲੀ ਨੇ ਪਹਿਲੇ ਮੀਟਿੰਗ ਰੈਲੀ ਦਾ ਰੂਪ ਧਾਰ ਲਿਆ ਤੁਸੀਂ ਕੀ ਜ਼ਿੰਮੇਵਾਰੀ ਨਿਭਾ ਰਹੇ ਹੋ ਦੇਖੋ ਅੱਜ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਇੱਥੇ ਯੂਥ ਦੀ ਇੱਕ ਮੀਟਿੰਗ ਲੈਣ ਆਏ ਆ ਅਤੇ ਮੀਟਿੰਗ ਤੋਂ ਹੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਕਿਸ ਤਰ੍ਹਾਂ ਦਾ ਜੋਸ਼ ਸੀ ਨੌਜਵਾਨਾਂ ਦੇ ਵਿੱਚ ਜਿਨ੍ਹਾਂ ਨੇ ਇੱਥੇ ਡਿਊਟੀਆਂ ਸਾਂਭਣੀਆਂ ਤਾਂ ਮੈਨੂੰ ਲੱਗਦਾ ਪਰਸੋਂ ਦੀ ਰੈਲੀ ਇਤਿਹਾਸਿਕ ਰੈਲੀ ਹੋਊਗੀ ਪੰਜਾਬ ਦੇ ਵਿੱਚ ਕੀ ਮੈਂ ਤਾਂ ਕਹਿੰਦਾ ਹਿੰਦੁਸਤਾਨ ਦੀ ਇਤਿਹਾਸਿਕ ਰੈਲੀ ਹੋਊਗੀ ਜਿਸ ਤਰ੍ਹਾਂ ਲੋਕਾਂ 'ਚ ਜੋਸ਼ ਹੈ ਜਿਸ ਤਰ੍ਹਾਂ ਯੂਥ ਨੂੰ ਟਾਰਗੇਟ ਕਰਦੀ ਹੈ ਕਾਂਗਰਸ ਸਰਕਾਰ ਚਾਹੇ ਬਰੋਜੀ ਬਰਕੰਦੀ ਹੋਵੇ ਚਾਹੇ ਹੋਰ ਯੂਥ ਲੀਡਰ ਹੋਣ ਤੁਹਾਨੂੰ ਬੜਾ ਟਾਰਗੇਟ ਕੀਤਾ ਜਾਂਦਾ ਕੀ ਜਵਾਬ ਦੇਣਾ ਚਾਹੁੰਦੇ ਹੋ ਇਸ ਰੈਲੀ ਦੇ ਰਾਹੀਂ ਕੀ ਮੈਸੇਜ ਦੇਖੋ ਮੈਂ ਤਾਂ ਆਹੀ ਦੇਖੋ ਕਾਂਗਰਸ ਨੇ ਹਮੇਸ਼ਾ ਇੱਕੋ ਹੀ ਗੱਲ ਸੋਚ ਕੇ ਚੱਲੀ ਹੈ ਵੀ ਜਿੰਨਾ ਵੀ ਨੌਜਵਾਨਾਂ ਨੂੰ ਜਾਂ ਜਿਹੜੇ ਵੀ ਕੰਮ ਕਰਨ ਵਾਲੇ ਨੌਜਵਾਨ ਹੁੰਦੇ ਆ ਪਾਰਟੀਆਂ ਦੇ ਵਿੱਚ ਆ ਨਹੀਂ ਕੋਈ ਇਕੱਲਾ ਕੋਈ ਰੋਜ਼ੀ ਬਰਕੰਦੀ ਜਾਂ ਬੰਟੀ ਰੋਮਾਣਾ ਜਾਂ ਜੋ ਵੀ ਨੌਜਵਾਨ ਆ ਚਾਹੇ ਚੰਦੂ ਮਾਜਰਾ ਸਾਹਿਬ ਆ ਇਹਨਾਂ ਦਾ ਮੇਨ ਟਾਰਗੇਟ ਹੁੰਦਾ ਵੀ ਇਹਨਾਂ ਨੂੰ ਖਰਾਬ ਕਰੋ ਤਾਂ ਕਿ ਜਿਹੜੇ ਨੌਜਵਾਨਾਂ ਦੇ ਹੌਸਲੇ ਉਹ ਡਿੱਗਣ ਤਾਂ ਕਿ ਆਪਦਾ ਪਾਰਟੀ ਲਈ ਕੰਮ ਨਾ ਕਰ ਸਕਣ ਇੱਕ ਵਾਰੀ ਫਿਰ ਤਸਵੀਰਾਂ ਸਟੇਜ ਵੱਲ ਰੁੱਖ ਕਰੂੰਗਾ ਸਰਦਾਰ ਬਿਕਰਮ ਸਿੰਘ ਮਜੀਠੀਆ ਖੁਦ ਮੌਕੇ ਦਾ ਜਾਇਜ਼ਾ ਲੈ ਰਿਹਾ ਸਟੇਜ ਉੱਪਰ ਖੜੇ ਨੇ ਪਟਿਆਲਾ ਅਸੀਂ ਇਸ ਵਕਤ ਮੌਜੂਦ ਹਾਂ ਰੈਲੀ ਜਿੱਥੇ 7 ਤਰੀਕ ਹੋਣ ਜਾ ਰਹੀ ਹੈ ਦਲਜੀਤ ਸਿੰਘ ਚੀਮਾ ਡਾਕਟਰ ਔਰ ਉਹਨਾਂ ਦੇ ਨਾਲ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਮਲੋਹ ਤੋਂ ਔਰ ਸਾਰੀ ਸੀਨੀਅਰ ਲੀਡਰਸ਼ਿਪ ਖੁਦ ਜਿਹੜੀ ਆਪ ਚੱਲ ਕੇ ਇੱਥੇ ਪਹੁੰਚੀ ਔਰ ਮੌਕੇ ਦਾ ਜਾਇਜ਼ਾ ਲੈ ਰਹੀ ਹੈ ਚੜ੍ਹਦੀ ਕਲਾ ਟਾਈਮ ਟੀਵੀ ਲਾਈਵ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਟਿਆਲਾ ਤੋਂ 7 ਤਰੀਕ ਇੱਥੇ ਰੈਲੀ ਹੋਣ ਜਾ ਰਹੀ ਹੈ ਸਰਦਾਰ ਬਿਕਰਮ ਸਿੰਘ ਮਜੀਠੀਆ ਖੁਦ ਸਟੇਜ ਉੱਪਰ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਬੜਾ ਜਾਇਜ਼ਾ ਲੈ ਰਹੇ ਹੋ ਔਰ ਯੂਥ ਆਗੂਆਂ ਦਾ ਕਹਿਣਾ ਚਾਹੇ ਬਰਕੰਦੀ ਜੀ ਹੋਣ ਚਾਹੇ ਬਰਾੜ ਸਾਹਿਬ ਨੇ ਔਰ ਸਾਰੇ ਯੂਥ ਲੀਡਰਾਂ ਦਾ ਕਹਿਣਾ ਕਿ ਜਿਹੜਾ ਇਹ ਰੈਲੀ ਇਤਿਹਾਸਕ ਰੈਲੀ ਹਿੰਦੁਸਤਾਨ ਦੀ ਹੋਣ ਜਾ ਰਹੀ ਹੈ ਔਰ ਗਿਣਤੀ ਜਿਹੜੀ ਹੋਏਗੀ ਉਸਦਾ ਬਿਲਕੁਲ ਜੋ ਆਪਾਂ ਕਹਿ ਸਕਦੇ ਹਾਂ ਵੀ ਗਿਣਤੀ ਦਾ ਨੰਬਰ ਵੀ ਕਹਿੰਦੇ ਮੁੱਕ ਜਾਂਦੇ ਨੇ ਹੋਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਲੁਧਿਆਣੇ ਤੋਂ ਗੁਰਦੀਪ ਸਿੰਘ ਗੋਸ਼ਾ ਪ੍ਰਧਾਨ ਜੀ ਆਏ ਨੇ ਗੋਸ਼ਾ ਜੀ ਤੋਂ ਪੁੱਛਦਾ ਲੁਧਿਆਣੇ ਚੱਲ ਕੇ ਆਏ ਹੋ ਕੀ ਜ਼ਿੰਮੇਵਾਰੀ ਲਈ ਹੈ ਜ਼ਿੰਮੇਵਾਰੀ ਸਾਡੇ ਇੱਥੇ ਪੰਡਾਲ ਦੇ ਵਿੱਚ ਹੈ ਸੰਗਤਾਂ ਲੈ ਕੇ ਆਉਣੀਆਂ ਮੇਨ ਗੱਲ ਹੈ ਵੀ ਕਿਸੇ ਨੂੰ ਪ੍ਰੋਬਲਮ ਨਾ ਕਿਉਂਕਿ ਇੱਥੇ ਲੱਖਾਂ ਦਾ ਸੰਗਤਾਂ ਦਾ ਇਕੱਠ ਹੋਣਾ ਕਿਉਂਕਿ ਮੇਰੇ ਹਿਸਾਬ ਨਾਲ ਇਤਿਹਾਸਿਕ ਰੈਲੀ ਹੋਣ ਜਾ ਰਹੀ ਹੈ ਕਿਉਂਕਿ ਅੱਜ ਤੱਕ ਦਾ ਜਿਹੜਾ ਜ਼ੁਲਮ ਜਿਹੜਾ 2.5 ਸਾਲ ਤੋਂ ਕਾਂਗਰਸ ਨੇ ਜਿਹੜੇ ਝੂਠੇ ਲਾਰੇ ਲਾਏ ਅਧਿਆਪਕ ਪਰੇਸ਼ਾਨ ਹੈ ਨੌਜਵਾਨ ਪਰੇਸ਼ਾਨ ਹੈ ਕਿਸਾਨ ਪਰੇਸ਼ਾਨ ਹੈ ਆਮ ਵਪਾਰੀ ਪਰੇਸ਼ਾਨ ਹੈ ਉਹ ਸਾਰਿਆਂ ਦੀ ਜਿਹੜੀ ਇੱਕ ਉਬਾਲ ਅਤੇ ਰੂਪ 'ਚ ਕੈਪਟਨ ਦਾ ਜਿਹੜਾ ਮਹਿਲ ਨੂੰ ਹਿਲਾਉਣ ਵਾਸਤੇ ਕੈਪਟਨ ਦੀਆਂ ਨੀਹਾਂ ਨੂੰ ਹਿਲਾਉਣ ਵਾਸਤੇ ਇੱਥੇ ਲੋਕ ਪਹੁੰਚ ਰਹੇ ਆ ਅਤੇ ਉਹਦਾ ਇੰਤਜ਼ਾਮ ਹੈ ਵੀ ਸਾਡੀ ਜਿਹੜੀ ਮੇਨ ਗੱਲ ਹੈ ਵੀ ਕਿਸੇ ਨੂੰ ਲੰਗਰ ਦੀ ਘਾਟ ਨਾ ਆਵੇ ਕਿਸੇ ਨੂੰ ਪਾਣੀ ਦੀ ਘਾਟ ਕਿਉਂਕਿ ਗਰਮੀ ਹੈ ਕਿਉਂਕਿ ਇਹਨਾਂ ਨੇ ਸਾਨੂੰ ਜਿਹੜੇ ਮੇਨ ਗਰਾਊਂਡ ਸੀਗੇ ਅੰਦਰ ਦੇ ਉਹ ਦਿੱਤੇ ਨਹੀਂ ਜਾਣ ਕੇ ਥੋੜ੍ਹਾ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਮੈਂ ਸਮਝਦਾ ਕਿ ਸਾਡੇ ਕਹਿੰਦੇ ਪਰਮਾਤਮਾ ਜੋ ਕਰਦਾ ਚੰਗੇ ਲਈ ਕਰਦਾ ਅਤੇ ਅੱਜ ਬਹੁਤ ਵੱਡੀ ਜਗ੍ਹਾ ਮਿਲੀ ਹੈ ਸਾਨੂੰ ਅਤੇ ਇਹਦੇ ਵਿੱਚ ਅਸੀਂ ਲੱਖਾਂ ਦਾ ਕੱਟ ਵੀ ਦੱਸਦੇ ਨਾਲ ਸਾਡੀ ਜਿਹੜੀ ਮੇਨ ਜ਼ਿੰਮੇਵਾਰੀ ਹੈ ਕਿ ਅਸੀਂ ਲੋਕਾਂ ਦਾ ਇੰਤਜ਼ਾਮ ਕਰਨਾ ਪਬਲਿਕ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਗੋਸ਼ਾ ਜੀ ਜਦੋਂ ਕੋਈ ਇਹੋ ਜਿਹੀ ਰੈਲੀ ਮੀਟਿੰਗ ਇਕੱਠ ਹੁੰਦਾ ਤਾਂ ਪਬਲਿਕ ਨੂੰ ਪ੍ਰੋਬਲਮ ਆਉਂਦੀ ਹੈ ਪਬਲਿਕ ਨੂੰ ਦਿੱਕਤ ਨਾ ਆਵੇ ਉਹਦੇ ਵਾਸਤੇ ਕੀ ਪਲੈਨਿੰਗ ਪਬਲਿਕ ਨੂੰ ਦਿੱਕਤ ਨਾ ਆਵੇ ਕਿਸੇ ਜਿਹੜਾ ਟ੍ਰੈਫਿਕ ਹੈ ਬਾਹਰ ਲਓ ਪਹਿਲਾਂ ਸਾਡੀ ਡਿਊਟੀ ਲੱਗ ਗਈ ਵੀ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲਣਾ ਚਾਹੀਦਾ ਵੀ ਕਿਸੇ ਨੂੰ ਟ੍ਰੈਫਿਕ ਦੇ ਵਿੱਚ ਵਿਘਨ ਨਹੀਂ ਪਊਗਾ ਅਤੇ ਨਾਲ ਨਾਲ ਅਸੀਂ ਜਿਹੜੇ ਆਪਣੀ ਜਿਹੜੀ ਰੈਲੀ ਦੀਆਂ ਬੱਸਾਂ ਜਾਂ ਕੋਈ ਚੀਜ਼ ਆ ਉਹਨਾਂ ਨੂੰ ਪ੍ਰੋਪਰ ਜਗ੍ਹਾ ਦਿੱਤੀ ਗਈ ਹੈ ਪਾਰਕਿੰਗ ਦੀ ਜਗ੍ਹਾ ਕਾਰਾਂ ਦੇ ਵਾਸਤੇ ਅਲੱਗ ਪਾਰਕਿੰਗ ਹੈ ਮੋਟਰਸਾਈਕਲ ਵਾਸਤੇ ਅਲੱਗ ਪਾਰਕਿੰਗ ਕੀਤੀ ਗਈ ਹੈ ਅਤੇ ਮੈਂ ਸਮਝਦਾ ਕਿ ਹਰ ਚੀਜ਼ ਦਾ ਇੰਤਜ਼ਾਮ ਕੀਤਾ ਵੀ ਜਿਹਨੂੰ ਲੋਕਾਂ ਨੂੰ ਤੰਗੀ ਨਹੀਂ ਆਏਗੀ ਬਿਲਕੁਲ ਸੋ ਬਹੁਤ ਬਹੁਤ ਸ਼ੁਕਰੀਆ ਜੀ ਦੂਰ ਦੂਰ ਤੱਕ ਜੇ ਆਪਾਂ ਨਿਗਾਹ ਮਾਰਦੇ ਹਾਂ ਬਹੁਤ ਵੱਡਾ ਪੰਡਾਲ ਸਜਾਇਆ ਗਿਆ ਵੱਖ ਵੱਖ ਟੁਕੜੀਆਂ ਦੇ ਵਿੱਚ ਗਰੁੱਪਾਂ ਵਿੱਚ ਤੁਸੀਂ ਦੇਖ ਰਹੇ ਹੋ ਯੂਥ ਲੀਡਰ ਖਾਸ ਤੌਰ 'ਤੇ ਲੁਧਿਆਣੇ ਤੋਂ ਯੂਥ ਆਗੂ ਭਾਰੀ ਇਕੱਠ ਇੱਥੇ ਮੌਜੂਦ ਹੈ ਸੋ ਸਟੇਜ ਦੇ ਉੱਪਰ ਬਿਰਾਜਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ
ਦੁਬਾਰਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰ। ਰੋਬਿਨ ਬਰਾੜ ਜੀ ਮਾਫ਼ ਕਰਨਾ, ਕੀ ਯੂਨੀਵਰਸਿਟੀ ਦੇ ਬਿਹਾਫ ਤੇ ਪ੍ਰਧਾਨ ਰਹੇ ਹੋ, ਯੂਥ ਲੀਡਰ ਹੋ, ਯੂਥ ਤੋਂ ਮੇਨ ਪੋਲਿਟਿਕਸ ਵਿੱਚ ਆਏ ਹੋ, ਵੱਡਾ ਇਕੱਠ, ਕੀ ਜ਼ਿੰਮੇਵਾਰੀ ਲੱਗੀ ਹੈ? ਜ਼ਿੰਮੇਵਾਰੀ ਜੀ ਸਾਰੇ, ਬਹੁਤ ਵੱਡਾ ਪੰਡਾਲ ਲੱਗਿਆ, ਪੰਜਾਬ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਰੈਲੀ ਹੋਣ ਜਾ ਰਹੀ ਹੈ ਪਟਿਆਲਾ ਦੀ ਧਰਤੀ 'ਤੇ। ਇਹ ਰੈਲੀ ਨੇ, ਕਾਂਗਰਸ ਸਰਕਾਰ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਡੈਮੋਕ੍ਰੇਸੀ ਦਾ ਘਾਣ ਕੀਤਾ, ਲੋਕਾਂ ਨਾਲ ਜਮਹੂਰੀਅਤ ਦਾ ਹੱਕ ਆ ਵੋਟ ਪਾਉਣਾ, ਜੇ ਉਹਦਾ ਘਾਣ ਕੀਤਾ ਉਹਦੇ ਵਿਰੋਧ ਦੇ ਵਿੱਚ ਆ, ਜੋ ਪੰਜਾਬ ਦੇ ਵਿੱਚ ਉਹਨਾਂ ਨੇ ਵਾਅਦੇ ਕੀਤੇ ਸੀਗੇ ਲੋਕਾਂ ਦੇ ਨਾਲ, ਉਹਨਾਂ ਦੇ ਵਿਰੋਧ ਦੇ ਵਿੱਚ ਲੋਕ ਇੱਥੇ ਇਕੱਠੇ ਹੋ ਰਹੇ ਆ। ਅਸੀਂ ਜਿਵੇਂ ਮੇਰੇ ਨਾਲ ਸਾਡੇ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਕਮਲ ਜੀ ਫਰੀਦਕੋਟ ਤੋਂ, ਬਿੱਕਾ ਰਮਾਣਾ ਜੀ ਸਾਡੇ ਸੋਈ ਦੇ ਸਕੱਤਰੀ ਜਨਰਲ ਆ, ਸਾਨੂੰ ਸਾਰਿਆਂ ਨੂੰ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਸਾਹਿਬ ਨੇ ਹਦਾਇਤਾਂ ਦਿੱਤੀਆਂ ਕਿ ਇਸ ਪੰਡਾਲ ਨੂੰ, ਇੱਕ ਵਿਸ਼ਾਲ ਪੰਡਾਲ ਨੂੰ ਉਹਨਾਂ ਨੇ। ਯੂਥ ਦੀ ਗੱਲ ਕਰੂੰਗਾ ਬਾਈ ਜੀ, ਯੂਨੀਵਰਸਿਟੀ ਦੇ ਪ੍ਰਧਾਨ ਰਹੇ ਹੋ, ਯੂਥ ਨਾਲ ਜੁੜੇ ਹੋਏ ਹੋ, ਯੂਥ ਗਰਾਊਂਡ ਪੋਲਿਟਿਕ ਯੂਥ ਦੀ ਜਾਣਦੇ ਹੋ, ਨੌਜਵਾਨਾਂ ਨੂੰ ਕੀ ਦਿੱਕਤਾਂ ਆਉਂਦੀਆਂ ਉਹ ਜਾਣਦੇ ਹੋ, ਉਹਨਾਂ ਲਈ ਕੀ ਕਰਨ ਜਾ ਰਹੇ ਹੋ? ਨਹੀਂ ਅਸੀਂ ਮਤਲਬ ਅੱਜ ਦੀ ਰੈਲੀ ਦੀ ਗੱਲ ਕਰੀਏ, ਯੂਥ ਅੱਜ ਨਿਰਾਸ਼ ਹੋ ਚੁੱਕਿਆ, ਜਿਹੜਾ ਯੂਥ ਨੇ ਕੈਪਟਨ ਦੇ ਝੂਠੇ ਲਾਰੇ, ਝੂਠੇ ਵਾਅਦਿਆਂ 'ਤੇ ਘਮਰਾ ਆ ਕੇ ਉਹਨਾਂ ਨੇ ਵੋਟ ਕੀਤੀ ਸੀਗੀ, ਅੱਜ ਸਾਰੇ ਯੂਥ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਵਿੱਚ ਅਤੇ ਪੰਜਾਬੀਅਤ ਲਈ ਜੇ ਕੋਈ ਕੰਮ ਕਰ ਸਕਦਾ ਤਾਂ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਹੈ, ਦਰਵੇਸ਼ ਸਿਆਸਤਦਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆ, ਅਤੇ ਨੌਜਵਾਨ ਦਿਲਾਂ ਦੀ ਧੜਕਣ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ। ਸੋ ਦੇਖ ਸਕਦੇ ਹੋ ਨੌਜਵਾਨਾਂ ਵਿੱਚ ਭਾਰੀ ਜਿਹੜਾ ਉਤਸ਼ਾਹ, ਔਰ ਦੂਜੇ ਪਾਸੇ ਲੈ ਕੇ ਜਾਊਂਗਾ ਜਿੱਥੇ ਬਿਕਰਮ ਸਿੰਘ ਮਜੀਠੀਆ ਹੁਣ ਜੋ ਹੈ ਜਾਣ ਲੱਗੇ ਨੇ, ਔਰ ਕੋਸ਼ਿਸ਼ ਕਰਾਂਗੇ ਮਜੀਠੀਆ ਸਾਹਿਬ ਨਾਲ ਵੀ ਗੱਲ ਕਰਨ ਦੀ, ਕੋਸ਼ਿਸ਼ ਕਰਾਂਗੇ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ ਗੱਲ ਕਰਨ ਦੀ। ਲਾਈਵ ਤੁਸੀਂ ਦੇਖ ਰਹੇ ਹੋ ਪ੍ਰੈਕਟੀਕਲ ਟਾਈਮ ਟੀ ਵੀ ਇੱਥੇ ਲਾਈਵ ਹੋ, ਪਟਿਆਲਾ ਪੰਜਾਬੀਆਂ ਜਿਹੜੀ ਰੈਲੀ ਨੂੰ ਲੈ ਕੇ ਆ ਰਹੇ ਨੇ। ਬਰਾੜ ਸਾਹਿਬ ਸਾਡੇ ਨਾਲ ਨੇ, ਬਰਾੜ ਸਾਹਿਬ ਅੱਜ ਖੁਦ ਮਜੀਠ ਸਾਹਿਬ ਪਹੁੰਚੇ ਨੇ, ਔਰ ਕੀ ਹੁਣ ਇੱਕ ਦਿਨ ਰਹਿ ਗਿਆ, ਕਿੰਨੀ ਕੁ ਤਿਆਰੀ ਆ, ਪੂਰੀ ਤਿਆਰੀ ਆ, ਤਿਆਰ ਹੋ ਹੁਣ ਕੰਧਾਂ ਹਿਲਾਉਣ ਨੂੰ? ਮੈਂ ਸਾਹਿਬ ਤਿਆਰੀ, ਮੇਰਾ ਖਿਆਲ ਹੈ ਕਿ ਤੁਹਾਡੇ ਕੈਮਰੇ ਨੇ ਕੋਈ ਕੋਨਾ ਛੱਡਿਆ ਨਹੀਂ ਹੋਣਾ ਦਿਖਾਉਣ ਲਈ, ਪਰ ਅੱਜ ਯੂਥ ਦੀ ਜਿਹੜੀ ਖਾਸ ਕਰਕੇ ਆਏ ਹੋਏ ਆ, ਹਾਂਜੀ, ਯੂਥ ਨੂੰ ਡਿਊਟੀਆਂ ਲਾਉਣ ਲਈ ਔਰ ਸਰਗਰਮ ਕਰਨ ਲਈ ਆਏ ਹੋਏ ਆ, ਔਰ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਸਾਰੇ ਯੂਥ ਨੇ ਡਿਊਟੀਆਂ ਆਲਰੇਡੀ ਤੁਸੀਂ ਦਿਖਾ ਚੁੱਕੇ ਹੋ, ਔਰ ਕੀ ਮੈਸੇਜ ਹੈ ਇੱਕ ਦਿਨ ਰਹਿ ਗਿਆ? ਲੋਕਾਂ ਨਾਲ ਜਿਹੜੇ ਝੂਠੇ ਵਾਅਦੇ ਕੀਤੇ ਆ, ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਇੱਥੇ ਇਹ ਸੀ ਬਿਕਰਮ ਸਿੰਘ ਮਜੀਠੀਆ, ਔਰ ਜਿਨ੍ਹਾਂ ਨੇ ਅੱਜ ਜੋ ਹੈ ਕਹਿ ਦਿੱਤਾ ਕਿ ਡੈਮੋਕ੍ਰੇਸੀ ਦਾ ਜਿਹੜਾ ਘਾਣ ਕੀਤਾ ਗਿਆ ਕਾਂਗਰਸ ਪਾਰਟੀ ਵੱਲੋਂ, ਉਸਦਾ ਜਵਾਬ ਦੇਣਗੇ ਰੈਲੀ ਦੇ ਰੂਪ ਦੇ ਵਿੱਚ। ਔਰ ਯੂਥ ਆਗੂਆਂ ਦੀ ਇੱਕ ਵਾਰੀ ਫਿਰ ਗੱਲ ਕਰਾਂ ਤਾਂ, ਲੁਧਿਆਣੇ ਤੋਂ ਲੁਧਿਆਣੇ ਤੋਂ ਭਾਰੀਗੜ੍ਹ ਪ੍ਰਭਜੋਤ ਸਿੰਘ ਧਾਲੀਵਾਲ, ਤਰਸੇਮ ਸਿੰਘ ਭਿੰਡਰ ਔਰ ਹੋਰ ਲੁਧਿਆਣੇ ਦੇ ਵਿੱਚੋਂ ਯੂਥ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਇਸ ਰੈਲੀ ਦੇ ਵਿੱਚ, ਹਾਲਾਂਕਿ ਰੈਲੀ ਪਰਸੋਂ ਹੋਣੀ ਹੈ। ਸੋ ਅੱਜ ਨਮੂਨਾ ਇੱਕ ਜਿਹੜਾ ਤੁਸੀਂ ਦੇਖ ਚੁੱਕੇ ਹੋ। ਸੋ ਇਹ ਸੀ ਲਾਈਵ ਚੜ੍ਹਦੀ ਕਲਾ ਟਾਈਮ ਟੀ ਵੀ 'ਤੇ ਪਟਿਆਲੇ ਤੋਂ, ਜਿੱਥੇ ਰੈਲੀ ਪਰਸੋਂ ਹੋਣ ਜਾ ਰਹੀ ਹੈ। ਸੋ ਹੋਰ ਅਪਡੇਟਸ ਵੀ ਤੁਸੀਂ ਦੇਖ ਸਕੋ ਚੜ੍ਹਦੀ ਕਲਾ ਟਾਈਮ ਟੀ ਵੀ। ਧੰਨਵਾਦ।